ਅਤੇ ਤੁਸੀਂ ਅੱਜ ਆਪਣੇ ਕੋਲ ਆਏ ਹੋ, ਬੰਪਰ ਲਵਾਇਆ ਜੀ ਟਰੈਕਟਰ ਦਾ, ਤਾਂ ਤੁਹਾਨੂੰ ਸਾਡਾ ਜੀ, ਅਤੇ ਰੰਗ ਰੁੰਗ ਦੀ ਕੁਆਲਿਟੀ ਕਈ ਵਾਰ ਨਹੀਂ, ਵੀਡੀਓ ਹੀ ਕੁਛ ਹੁੰਦੀ ਹੈ, ਰੀਅਲ 'ਚ ਕੁਛ ਹੁੰਦੀ ਹੈ, ਕੋਲ ਦਰਸ਼ਨ ਦੇਂਗੇ ਜੀ। ਹਾਂਜੀ ਹਾਂਜੀ ਜ਼ਰੂਰ, ਠੀਕ। ਤਾਂ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਆਈ ਹੋਪ ਤੁਸੀਂ ਸਾਰੇ ਕੈਂਟ ਨੂੰ ਵੈਲਕਮ ਬੈਕ ਟੂ ਅਦਰ ਵੀਡੀਓ। ਅਤੇ ਬਾਕੀ ਤੁਹਾਨੂੰ ਅੱਧਾ ਥੰਬਨੇਲ ਦੇਖ ਕੇ ਪਤਾ ਲੱਗ ਗਿਆ ਹੋਣਾ ਕਿ ਅੱਜ ਦੇ ਵਲੋਗ 'ਚ ਹੋਣਾ ਕੀ ਆ। ਅਤੇ ਬਈ ਅੱਜ ਆਪਣੇ ਕੋਲ ਟਰੈਕਟਰ ਪਹੁੰਚਿਆ ਹੋਇਆ ਮਹਿੰਦਰਾ ਯੂਵੋ। ਅਤੇ ਫਸਟ ਆਫ ਆਲ ਪੂਰੇ ਟਰੈਕਟਰ ਦੀ ਇੱਕ ਵਾਰ ਲੁੱਕ ਚੈੱਕ ਕਰ ਲਓ, ਕੁਛ ਇੱਦਾਂ ਦੀ ਨਿਕਲ ਕੇ ਆਈ ਆ। ਅਤੇ ਜਿਹੜੀ ਗੱਲ ਕੀਤੀ ਆ ਮੋਡੀਫਿਕੇਸ਼ਨ ਦੀ, ਤਾਂ ਇਹਦੇ ਫਰੰਟ ਦੇ ਵਿੱਚ ਆਪਾਂ ਫਰੰਟ ਬੈਂਪਰ ਲਾਇਆ, ਲੁੱਕ ਚੈੱਕ ਕਰੋ ਬਾਈ ਕੁਛ ਇੱਦਾਂ ਦੀ ਆ ਰਹੀ ਆ ਟਰੈਕਟਰ ਦੀ। ਆਹ ਕਰੋ ਚੈੱਕ ਤੁਸੀਂ। ਅਤੇ ਬਾਕੀ ਬਾਈ ਜੀ, ਫਸਟ ਆਫ ਆਲ ਗੱਲ ਕੀਤੀ ਆ ਮੇਨ ਚੀਜ਼ ਦੀ, ਤਾਂ ਜਿਹੜਾ ਇਹ ਬੈਂਪਰ ਲਾਇਆ ਇਹ ਫੁੱਲ ਲੇਜ਼ਰ ਕਟਿੰਗ ਦੇ ਵਿੱਚ ਲਾਇਆ। ਇਹਦੇ ਵਿੱਚ ਇੱਦਾਂ ਨਹੀਂ ਹੈਗਾ ਵੀ ਉਰੇ ਕੋਈ ਜੋੜ ਆ, ਤੁਸੀਂ ਚੈੱਕ ਕਰ ਸਕਦੇ ਹੋ। ਆਹ ਕਰੋ ਚੈੱਕ ਬਾਈ, ਕੋਈ ਜੋੜ ਨਹੀਂ ਹੈਗਾ, ਬੈਕ ਸਾਈਡ ਤੋਂ ਲੈ ਕੇ ਫਰੰਟ ਤੱਕ ਲੇਜ਼ਰ ਕਟਿੰਗ ਦੇ ਵਿੱਚ ਆ ਸਾਰਾ ਬੈਂਪਰ, ਤੁਸੀਂ ਚੈੱਕ ਕਰ ਸਕਦੇ ਹੋ। ਬਾਕੀ ਆਹ ਕਰੋ ਚੈੱਕ, ਅਤੇ ਸਾਈਡ ਵੇਜ ਵੀ ਸਾਰਾ ਲੇਜ਼ਰ ਕਟਿੰਗ ਦੇ ਵਿੱਚ ਆ। ਅਤੇ ਬਾਕੀ ਭਾਈ ਇੱਧਰ ਵੀ ਕੋਈ ਜੋੜ ਨਹੀਂ ਹੈਗਾ, ਤੁਸੀਂ ਆਹ ਕਰੋ ਚੈੱਕ। ਅਤੇ ਜਿਹੜੀ ਇਹਦੇ ਫਰੰਟ ਦੇ ਵਿੱਚ ਪਲੇਟ ਲਾਈ ਆ ਫੁੱਲ ਹੈਵੀ ਦੇ ਵਿੱਚ ਲਾਈ ਆ, ਅਤੇ ਬੈਂਪਰ ਦੇ ਵਿੱਚ ਬਾਈ ਫੁੱਲ ਇੱਕ ਜਿਵੇਂ ਆਪਾਂ ਅਲਾਈਨਮੈਂਟ ਚੈੱਕ ਕਰੋ ਤੁਸੀਂ ਇਹਦੀ। ਆਹ ਕਰੋ ਚੈੱਕ ਬਾਈ, ਇੱਦਾਂ ਨਹੀਂ ਹੈਗਾ ਬਈ ਇਹ ਬੈਂਪਰ ਟੇਢਾ ਜਾਂ ਵਿੰਗਾ, ਇੱਕ ਪੂਰੀ ਪ੍ਰੋਪਰ ਅਲਾਈਨਮੈਂਟ ਆ, ਕਰੋ ਚੈੱਕ ਤੁਸੀਂ। ਆਹ ਕਰੋ ਚੈੱਕ, ਅਤੇ ਬਾਕੀ ਬਾਈ ਇੱਦਾਂ ਨਹੀਂ ਹੈਗਾ ਅਲਾਈਨਮੈਂਟ ਜਿਵੇਂ ਆਊਟ ਆ ਟਰੈਕਟਰ ਦੀ, ਜਾਂ ਬੈਂਪਰ ਟੇਢਾ ਵਿੰਗਾ, ਤੁਸੀਂ ਉਹ ਵੀ ਚੈੱਕ ਕਰ ਲਓ। ਆਹ ਕਰੋ ਚੈੱਕ, ਅਤੇ ਬਾਕੀ ਬਾਈ ਜਿਹੜਾ ਇਹ ਸਾਰਾ ਲਾਇਆ ਲੋਹੇ ਦੇ ਵਿੱਚ ਲਾਇਆ, ਲੇਜ਼ਰ ਕਟਿੰਗ ਦੇ ਵਿੱਚ ਨੇ ਸਾਰਾ ਕੁਛ ਇਹਦਾ, ਜਿਹਨੂੰ ਆਪਾਂ ਪਲੇਟਡ ਬੈਂਪਰ ਕਹਿ ਦਿੰਦੇ ਹਾਂ। ਅਤੇ ਇਹਦੇ ਹੇਠਾਂ ਵੀ ਆਪਾਂ ਹੁੱਕ ਪ੍ਰੋਵਾਈਡ ਕਰਾਈ ਆ। ਆਹ ਕਰੋ ਚੈੱਕ, ਹੁੱਕ ਜੀ ਲੁੱਕ ਕੁਛ ਇੱਦਾਂ ਦੀ ਆ ਰਹੀ ਆ ਬਾਈ, ਅਤੇ ਫੁੱਲ ਹੈਵੀ 'ਚ ਆ, ਇੱਦਾਂ ਨੇਗਾ ਤੁਸੀਂ ਟੋਚਨ ਪਾਓਗੇ ਇਹ ਟੁੱਟ ਜੂਗਾ। ਅਤੇ ਬਾਕੀ ਇਹ ਬੈਕ ਸਾਈਡ ਗੱਲ ਕੀਤੀ ਜਾਵੇ ਤਾਂ ਵੀ ਇਹਦੇ ਆਪਾਂ ਸਪੇਸਰ ਪਾਏ ਨੇ, ਜਿਹੜੇ ਵੀ ਜੁੜੇ ਹੋਏ ਨੇ ਉਹਨਾਂ ਨੂੰ ਦੱਸ ਦਈਏ, ਅਤੇ ਉਹਨਾਂ ਨੇ ਵੀਡੀਓ ਦੇਖੀਆਂ ਵੀ ਹੋਣਗੀਆਂ, ਅਤੇ ਇਹਦੇ ਵਿੱਚ ਆਪਾਂ ਨਵਾਂ ਚੇਂਜ ਕੀਤਾ ਸਪੇਸਰਾਂ ਦੇ ਵਿੱਚ। ਆਹ ਕਰੋ ਚੈੱਕ, ਅਤੇ ਬਾਕੀ ਤਿੰਨ ਅੱਡ ਬਾਈ ਉਰੇ ਨੇ ਇਹਦੇ, ਅਤੇ ਤਿੰਨ ਅੱਡ ਦੂਜੀ ਸਾਈਡ ਨੇ। ਆਹ ਕਰੋ ਚੈੱਕ, ਅਤੇ ਬਾਕੀ ਬਈ ਸੈਂਟਰ ਦੇ ਵਿੱਚ ਚੈੱਕ ਕਰ ਸਕਦੇ ਹੋ ਤੁਸੀਂ, ਦੋ ਨਾ ਡੋਪੇ ਨੇ। ਅਤੇ ਬਾਕੀ ਜੇ ਵਜ਼ਨ ਦੀ ਗੱਲ ਕੀਤੀ ਜਾਵੇ ਤਾਂ ਨਿਕਲਿਆ ਵੀ 1 ਕੁਇੰਟਲ 60 ਕਿਲੋ, ਜੇ ਮੇਰੇ ਕਿਸੇ ਭਰਾ ਨੂੰ ਵੀ ਤੋਂ ਵਾਚਿਆ ਤਾਂ ਵੱਧ ਵੀ ਅਵੇਲੇਬਲ ਹੋ ਜੂਗਾ, ਅਤੇ ਤੁਸੀਂ ਜਿੰਨਾ ਮਰਜ਼ੀ ਇਹਦੀ ਲੈਂਥ ਲੰਬੀ ਲੈ ਸਕਦੇ ਹੋ ਬਈ, ਤੁਹਾਡੀ ਮਰਜ਼ੀ ਆ ਉਹ, ਜਿੰਨਾ ਮਰਜ਼ੀ ਵਜ਼ਨ ਲੈ ਸਕਦੇ ਹੋ। ਅਤੇ ਬਾਕੀ ਜਿਵੇਂ ਹੁਣ ਕਿਸੇ ਵੀਰ ਨੇ ਵੱਧ ਵਜ਼ਨ ਲੈਣਾ, ਕੋਈ ਆਪਣੇ ਕੋਲ ਬੈਜੀ ਉਹਨੇ ਇਹਨੇ ਲਿੱਤਾ 1 ਕੁਇੰਟਲ 60 ਕਿਲੋ ਵਜ਼ਨ ਲਿੱਤਾ, ਜੇ ਕਿਸੇ ਨੇ 4 ਕੁਇੰਟਲ 4.5 ਕੁਇੰਟਲ ਜਾਂ 3.5 ਕੁਇੰਟਲ ਲੈਣਾ ਤਾਂ ਵੀ ਉਹ ਵੇਟ ਵੀ ਲਵਾ ਸਕਦਾ। ਅਤੇ ਬਾਕੀ ਉਹਦੀ ਵੀਡੀਓ ਸਾਰੀਆਂ ਯੂਟਿਊਬ 'ਤੇ ਅਵੇਲੇਬਲ ਨੇ, ਤੁਸੀਂ ਜਾ ਕੇ ਚੈੱਕਆਊਟ ਕਰ ਸਕਦੇ ਹੋ। ਅਤੇ ਬੈਂਪਰ ਦੀ ਲੁੱਕ ਕੁਛ ਇੱਦਾਂ ਦੀ ਆ ਬਾਈ, ਆਪਾਂ ਵੇਟ ਵੀ ਲਾਉਂਦੇ ਹਾਂ, 6-7 ਤਰ੍ਹਾਂ ਦੇ ਵੇਟ ਲਾਉਂਦੇ ਹਾਂ, ਉਹਦੀਆਂ ਸਾਰੀਆਂ ਵੀਡੀਓਸ ਤੁਹਾਨੂੰ ਯੂਟਿਊਬ 'ਤੇ ਮਿਲ ਜਾਣਗੀਆਂ। ਅਤੇ ਬਾਕੀ ਜਿਹੜੇ ਉਹਦੇ ਰੀਲਾਂ ਅਤੇ ਸ਼ੋਰਟਸ ਆਪਣੇ ਇੰਸਟਾਗ੍ਰਾਮ 'ਤੇ ਅਵੇਲੇਬਲ ਨੇ, ਤੁਸੀਂ ਜਾ ਕੇ ਚੈੱਕਆਊਟ ਕਰ ਸਕਦੇ ਹੋ। ਮੈਂ ਲਿੰਕ ਡਿਸਕ੍ਰਿਪਸ਼ਨ 'ਚ ਦੇ ਦੂੰਗਾ ਵੀ ਫੁੱਲ ਵੀਡੀਓ ਦਾ, ਫਰੰਟ ਬੈਂਟ ਦੀ ਵੇਟਾਂ ਦੀ, ਅਤੇ ਜਿਹੜਾ ਕਿ ਇੰਸਟਾਗ੍ਰਾਮ ਦੀ ਆਈ ਡੀ ਦਾ, ਉਹ ਵੀ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੇ। ਅਤੇ ਜਿਹੜੇ ਵੀ ਮੈਂ ਸੋਚ ਰਿਹਾ ਟਰੈਕਟਰ ਲੈਣ ਦੀ ਵੀ ਮਹਿੰਦਰਾ ਯੂਵੋ ਲਈਏ, ਅਤੇ ਉਹਦੇ ਵਿੱਚ ਵੱਧ ਜਿਵੇਂ ਸੋਹਣਾ ਫਰੰਟ ਬੈਂਪਰ ਲੱਗੂਗਾ ਜਾਂ ਵੇਟ ਲੱਗੂਗਾ, ਤੁਸੀਂ ਜਾ ਕੇ ਵੀਡੀਓ ਚੈੱਕਆਊਟ ਕਰ ਸਕਦੇ ਹੋ। ਅਤੇ ਲੁੱਕ ਚੈੱਕ ਕਰੋ, ਬਾਕੀ ਸਾਈਡ ਵੇਜ਼ ਕੁਛ ਇੱਦਾਂ ਹੀ ਲੁੱਕ ਆ ਬਾਈ ਇਹਦੀ। ਅਤੇ ਬਾਕੀ ਬਾਈ ਆਪਣੀ ਵਰਕਸ਼ਾਪ ਦਾ ਨੇਮ ਹੈਗਾ RAW ਰਹਿਲਗਿਰੀ ਵਰਕਸ, ਨੰਬਰ ਹੈਗਾ 9815252031, 9852521031। ਨੰਬਰ ਆ ਬਾਈ, ਤੁਸੀਂ ਕੱਲ੍ਹ ਮਰਜ਼ੀ ਨੰਬਰ 'ਤੇ ਕਾਲ ਕਰੋ, ਅਤੇ ਜਿੱਦਾਂ ਹੀ ਤੁਹਾਨੂੰ ਮੋਡੀਫਿਕੇਸ਼ਨ ਚਾਹੀਦੀ ਆ ਇਨਫੋਰਮੇਸ਼ਨ ਤਾਂ ਉਹ ਸਾਰੀ ਮਿਲ ਜੂ। ਆਪਾਂ ਸਾਰੇ ਟਰੈਕਟਰ ਨੂੰ ਮੋਡੀਫਿਕੇਸ਼ਨ ਕਰਦੇ ਹਾਂ, ਫਰੰਟ ਵੇਟ, ਫਰੰਟ ਬੈਂਪਰ, ਜਿਵੇਂ ਕਿ ਫਾਈਬਰ ਹੁੱਡ, ਅਤੇ ਬੈਕ ਸਾਈਡ ਟਾਇਰਾਂ 'ਤੇ 6-7 ਤਰ੍ਹਾਂ ਦੇ ਆਪਾਂ ਸਪਿਨਿੰਗ ਵੀਲਸ ਲਾਉਂਦੇ ਹਾਂ, ਅਤੇ ਤੁਹਾਨੂੰ ਸਾਰੀਆਂ ਵੀਡੀਓਸ ਨੇ ਯੂਟਿਊਬ 'ਤੇ ਮਿਲ ਜਾਣਗੀਆਂ। ਤਾਂ ਬਾਈ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਿਓ, ਆਪਾਂ 10,000 ਸਬਸਕ੍ਰਾਈਬਰ ਦੇ ਬਹੁਤ ਨੇੜੇ ਹਾਂ। ਅਤੇ ਬਾਕੀ ਏਮ ਰੱਖਦੇ ਹਾਂ 200 ਲਾਈਕ ਦਾ, ਮੈਨੂੰ ਹੋਪ ਆ ਤੁਸੀਂ ਸਾਰੇ ਕੰਪਲੀਟ ਕਰਾ ਦੋਗੇ। ਅਤੇ ਲੁੱਕ ਕਰੋ ਚੈੱਕ ਬਈ ਟਰੈਕਟਰ ਦੀ, ਕਮੈਂਟਾਂ ਦੇ ਵੀ ਜ਼ਰੂਰ ਦੱਸੋ ਟਰੈਕਟਰ ਦੀ ਲੁੱਕ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਆ। ਅਤੇ ਇੱਧਰੋਂ ਕੁਛ ਇੱਦਾਂ ਹੀ ਲੁੱਕ ਆ, ਅਤੇ ਬਾਕੀ
ਸਤਿ ਸ਼੍ਰੀ ਅਕਾਲ ਬਾਪੂ ਜੀ। ਬਾਪੂ ਜੀ ਨਾਂ ਆਪਣਾ ਜੀ? ਸਖਦੇਵ ਜੀ। ਪਿੰਡ ਜੀ? ਪੇਪਰਪੁਰਾ ਜੀ। ਅਤੇ ਤੁਸੀਂ ਅੱਜ ਆਪਣੇ ਕੋਲ ਆਏ ਹੋ, ਬੰਪਰ ਲਵਾਇਆ ਜੀ ਟਰੈਕਟਰ ਦਾ, ਤਾਂ ਤੁਹਾਨੂੰ ਸਾਡਾ ਕੰਮ ਕਿਵੇਂ ਲੱਗਿਆ ਜੀ? ਕੰਮ ਬਹੁਤ ਵਧੀਆ ਲੱਗਿਆ ਜੀ। ਠੀਕ ਹੈ ਜੀ। ਡਰਾਈ ਮਾਰ ਕੇ ਪਹਿਲਾਂ ਹੋਰ ਕਿਤੇ ਜੀ ਪੁੱਛਿਆ ਜੀ, ਅਤੇ ਰੰਗ ਰੁੰਗ ਦੀ ਕੁਆਲਿਟੀ ਕਈ ਵਾਰ ਨਹੀਂ ਆਉਂਦੀ, ਵੀਡੀਓ ਹੀ ਕੁਛ ਹੁੰਦੀ ਹੈ, ਰੀਲ 'ਚ ਕੁਛ ਹੁੰਦੀ ਹੈ, ਤਾਂ ਪੂਰੇ ਖੁਸ਼ ਹੋ ਜੀ, ਪੈਸੇ ਲਾਏ ਵੇ, ਅਤੇ ਅਗਲੀ ਵਾਰ ਜੇ ਕੋਈ ਤੁਸੀਂ ਲੈਂਦੇ ਹੋ ਕੋਈ ਤਾਂ ਸਾਡੇ ਕੋਲ ਦਰਸ਼ਨ ਦੇਗੇ ਜੀ। ਜ਼ਰੂਰ। ਠੀਕ ਠੀਕ, ਥੈਂਕ ਯੂ ਜੀ। ਅਤੇ ਹੋਪ ਕਰਦਾ ਵੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ, ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਵੀਡੀਓ ਨੂੰ ਕਰ ਦਿਓ ਲਾਈਕ। ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ, ਤਾਂ ਬਾਏ ਬਾਏ।